ਸਤਿ ਸ਼੍ਰੀ ਅਕਾਲ ਜੀ ਨਿਊਜ਼ 89 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਪਰਤੀ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਅਤੇ ਤੀਆਂ ਹਰ ਸਾਲ ਹੀ ਵੱਡੇ ਪੱਧਰ 'ਤੇ ਮਨਾਈਆਂ ਜਾਂਦੀਆਂ ਨੇ ਸੋ ਉੱਥੇ ਹੀ ਰਾਜਪੁਰਾ ਦੇ ਵਿੱਚ ਸ਼ੀ ਕਲੈਕਸ਼ਨ ਦੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸੋ ਜਿਨ੍ਹਾਂ ਦੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਉਹ ਮੈਡਮ ਸਾਡੇ ਨਾਲ ਮੌਜੂਦ ਨੇ ਅਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੀਆਂ ਦਾ ਤਿਉਹਾਰ ਮਨਾ ਰਹੇ ਹੋ ਕਿਵੇਂ ਲੱਗ ਰਿਹਾ ਹਾਂਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਦੇਖੋ ਤੁਹਾਡੇ ਸਾਹਮਣੇ ਸਾਰੀ ਮਹਿਫਿਲ ਭਰੀ ਪਈ ਹੈ ਔਰ ਸਾਰੀਆਂ ਮੁਟਿਆਰਾਂ ਸਾਰੀਆਂ ਸੋਹਣੀਆਂ ਸੱਜ ਧੱਜ ਕੇ ਆਈਆਂ ਹੋਈਆਂ ਨੇ ਸਾਰੀਆਂ ਵਧੀਆ ਭੈਣਾਂ ਨੇ ਮੇਰੀਆਂ ਔਰ ਬਹੁਤ ਅੱਛੀਆਂ ਫੈਮਲੀਆਂ ਤੋਂ ਬਿਲੋਂਗ ਕਰਦੇ ਨੇ ਅਤੇ ਇਹਨਾਂ ਸਾਰਿਆਂ ਨੇ ਮੇਰਾ ਵੱਧ ਚੜ੍ਹ ਕੇ ਸਾਥ ਦਿੱਤਾ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਚਾਵਲਾ ਇੰਟਰਪ੍ਰਾਈਜ਼ ਸਲੋਨੀ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਵੱਡੇ ਲੈਵਲ 'ਤੇ ਸਪੋਰਟ ਕੀਤਾ ਹੈ ਔਰ ਨਾਲ ਹੀ ਨਾਲ ਮੇਰੇ ਬਹੁਤ ਸਾਰੇ ਸਪੌਂਸਰਸ ਜਿਹੜੇ ਬਹੁਤ ਹੀ ਅੱਛੇ ਲੈਵਲ 'ਤੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਦੀਪਕ ਅਰੋੜਾ ਜੀ ਕੀ ਲੋਸ ਵੇਟ ਵੱਲੋਂ ਅਤੇ ਅਰਬਨ ਸਵੈਗ ਹੋ ਗਿਆ ਵਰਮਾ ਇਲੈਕਟ੍ਰੋਨਿਕਸ ਹੋ ਗਏ ਔਰ ਤੰਦੂਰੀ ਬਾਈਟ ਹੋ ਗਏ ਸਤਨਾਮ ਲਹਿੰਗਾ ਹਾਊਸ ਇਹਨਾਂ ਸਾਰਿਆਂ ਦਾ ਮੈਨੂੰ ਬਹੁਤ ਵੱਡੀ ਸਪੋਰਟ ਰਹੀ ਹੈ ਜਿਨ੍ਹਾਂ ਤੋਂ ਬਿਨਾਂ ਮੈਨੂੰ ਲੱਗਦਾ ਹੈ ਕਿ ਮੇਰਾ ਇਹ ਤੀਜ ਦਾ ਫੈਸਟੀਵਲ ਕਰ ਪਾਉਣਾ ਅਸੰਭਵ ਸੀਗਾ ਕਿਉਂਕਿ ਮੈਂ ਪੁਰਾਣੀ ਲੁੱਕ ਨੂੰ ਪੁਰਾਣੇ ਸੱਭਿਆਚਾਰ ਨੂੰ ਆਪਣੇ ਨੂੰ ਕਾਇਮ ਰੱਖਦਿਆਂ ਹੋਇਆਂ ਜਿੱਦਾਂ ਕਿ ਅਸੀਂ ਚਰਖੇ ਚੱਕੀਆਂ ਅਤੇ ਆਪਣਾ ਓਖਲੀ ਦੇਖੋ ਜਿਹਨੂੰ ਲੋਕ ਭੁੱਲਦੇ ਜਾ ਰਹੇ ਨੇ ਹੈ ਨਾ ਚੰਗੇਰ ਪੱਖੀਆਂ ਤੋਂ ਲੈ ਕੇ ਅਸੀਂ ਮੰਜਿਆਂ ਤੱਕ ਲਾਏ ਨੇ ਅਤੇ ਰੇਡਵਾ ਲਾਇਆ ਜਿਹਦੇ ਵਿੱਚ ਸਾਨੂੰ ਖੁਸ਼ੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਸਿੱਖ ਦੇ ਰਹੀ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਸਾਨੂੰ ਯਸ਼ਪਾਲ ਸਿੰਧੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੁਧੀਰ ਜਵੈਲਰਸ ਦਾ ਜਿਨ੍ਹਾਂ ਵੱਲੋਂ ਸਾਨੂੰ ਪੌਦੇ ਗਿਫਟ ਕੀਤੇ ਗਏ ਨੇ ਔਰ ਸਾਡੇ ਹਰੇਕ ਪਾਰਟੀਸਪੇਟ ਨੂੰ ਇੱਕ ਇੱਕ ਪੌਦਾ ਦਿੱਤਾ ਜਾਏਗਾ ਔਰ ਉਹ ਸਾਰੇ ਆਪਣੇ ਘਰਾਂ ਦੇ ਵਿੱਚ ਉਸ ਪੌਦੇ ਨੂੰ ਆਪਣੇ ਬੱਚਿਆਂ ਵਾਂਗਰਾਂ ਪਾਲਣਗੇ ਕਿਉਂਕਿ ਜਿਉਂ ਰੁੱਖ ਹੋਣਗੇ ਤਾਂ ਅਸੀਂ ਅੱਗੇ ਅੱਗੇ ਉਸ ਛਾਂ ਦਾ ਆਨੰਦ ਮਾਣ ਸਕਦੇ ਹਾਂ ਤੁਸੀਂ ਰੁੱਖਾਂ ਦੀ ਗੱਲ ਕੀਤੀ ਆ ਵਾਤਾਵਰਣ ਦੀ ਗੱਲ ਕੀਤੀ ਆ ਕਿਉਂਕਿ ਤੀਆਂ ਵੀ ਤਾਈਆਂ ਲੱਗਦੀਆਂ ਨੇ ਜੇ ਪੇੜ ਪੌਦੇ ਹੋਣਗੇ ਨਾ ਜਿਸ ਤਰ੍ਹਾਂ ਪਿੱਪਲ ਦੇ ਉੱਤੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਹਾਂਜੀ ਹਾਂਜੀ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਤੁਸੀਂ ਹਾਂਜੀ ਮੈਂ ਉਸ ਨੂੰ ਮੱਦੇਨਜ਼ਰ ਰੱਖਦੇ ਦੇਖੋ ਮੈਂ ਚਰਖੇ ਵੀ ਅਵੇਲੇਬਲ ਕਰਾਏ ਨੇ ਤੇ ਆਪਣਾ ਚੱਕੀਆਂ ਓਖਲੀਆਂ ਪੱਖੀਆਂ ਪੀੜੀਆਂ ਮੈਨੂੰ ਇਹ ਲੱਗਦਾ ਮੈਂ ਪੀਂਗ ਅਵੇਲੇਬਲ ਨਹੀਂ ਕਰਾ ਸਕੀ ਮੈਨੂੰ ਲੱਗਦਾ ਜਿਹੜੀ ਪੀਂਗ ਆ ਉਹ ਤੁਹਾਡੇ ਸੁਪਨਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਪੀਂਗ ਜਿੰਨੀ ਉੱਚੀ ਜਾਂਦੀ ਹੈ ਤੁਹਾਡਾ ਸੁਪਨਾ ਵੀ ਉਨਾ ਉੱਚਾ ਹੁੰਦਾ ਤੇ ਉਹ ਉਨੀ ਹੀ ਉੱਚੀ ਜਾ ਕੇ ਤੁਹਾਡਾ ਸੁਪਨਾ ਪੂਰਾ ਹੁੰਦਾ ਮੈਨੂੰ ਲੱਗਦਾ ਕਿ ਜਿਹੜੀ ਪੀਂਗ ਹੈ ਉਹ ਸਾਡੇ ਸੁਪਨਿਆਂ ਦੀ ਹੋਣੀ ਚਾਹੀਦੀ ਹੈ ਔਰ ਜੋ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਾਡਾ ਟਾਰਗੇਟ ਕੀ ਹੈ ਅਤੇ ਮੈਂ ਹਰ ਸਾਲ ਕਰਾਉਂਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਸਾਰੀ ਟੀਮ ਦਾ ਮੇਰੀ ਫਰੈਂਡਸ ਨੇ ਰੂਬੀ ਹਰਸ਼ ਸ਼ਵੇਤਾ ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਸਾਰੇ ਮੇਰੀ ਟੀਮ ਤੋਂ ਬਿਨਾਂ ਕੁਛ ਵੀ ਕਰ ਪਾਉਣਾ ਨਾਮੁਮਕਿਨ ਹੈ ਹੈ ਨਾ ਤਾਂ ਇੱਕ ਬੰਦਾ ਇਕੱਲਾ ਕਦੇ ਸਮਰੱਥ ਨਹੀਂ ਹੁੰਦਾ ਮੇਰੇ ਸਪੌਂਸਰਸ ਜਿਹੜੇ ਨੇ ਦੀਪਕ ਵੀਰ ਹੋ ਗਿਆ ਹੈ ਨਾ ਸਤਨਾਮ ਲਹਿੰਗਾ ਹਾਊਸ ਹੋ ਗਿਆ ਅਤੇ ਆਪਣਾ ਜਿੰਨੇ ਵੀ ਤੰਦੂਰੀ ਬਾਈਟ ਵਰਮਾ ਇਲੈਕਟ੍ਰੋਨਿਕਸ ਅਰਬਨ ਸਵੈਗ ਇਹ ਸਾਰੇ ਬਹੁਤ ਹੀ ਵਧੀਆ ਬੰਦੇ ਨੇ ਜਿਹੜੇ ਸਾਨੂੰ ਇੱਦਾਂ ਦੇ ਪ੍ਰੋਗਰਾਮ ਕਰਨ ਵਾਸਤੇ ਨਾ ਐਪਰੀਸ਼ੀਏਟ ਕਰਦੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਲਗਾਉਂਦੇ ਹਾਂ ਮੈਨੂੰ ਲਗਭਗ ਮੈਮ 23 ਸਾਲ ਹੋ ਗਏ ਨੇ ਅਤੇ ਰਾਜਪੁਰੇ ਦੇ ਵਿੱਚ ਹੀ ਮੇਰਾ 5th ਵਾਲਾ ਹੈ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਚਾਵਲਾ ਇੰਟਰਪ੍ਰਾਈਜ਼ ਵੱਲੋਂ ਵੀ ਮੈਨੂੰ ਬਹੁਤ ਅੱਛੀ ਤਰ੍ਹਾਂ ਇਹਦੇ ਲਈ ਸਪੋਰਟ ਕਰਦੇ ਨੇ ਅਤੇ ਮੈਂ ਕਰਦੀ ਹਾਂ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭੀੜ ਇਕੱਠੀ ਕਰਨੀ ਕੋਈ ਔਖਾ ਕੰਮ ਨਹੀਂ ਭੀੜ ਆਪਾਂ ਬਹੁਤ ਇਕੱਠੀ ਕਰ ਸਕਦੇ ਹਾਂ ਪਰ ਜਦੋਂ ਆਪਾਂ ਕੁਛ ਅਲੱਗ ਕਰਦੇ ਹਾਂ ਨਾ ਉਦੋਂ ਤੁਹਾਡਾ ਰੁਤਬਾ ਹੁੰਦਾ ਅਤੇ ਤੁਹਾਡੇ ਰੁਤਬੇ 'ਚੋਂ ਹੀ ਤੁਹਾਡਾ ਕਿਰਦਾਰ ਦਿਖਦਾ ਕਈ ਲੋਕ ਐਤਕੀ ਕੁਛ ਲੋਕਾਂ ਨੇ ਕਈ ਸਮਾਜ ਦੇ ਐਸੇ ਸ਼ਰਾਰਤੀ ਤੱਤਵ ਹੁੰਦੇ ਨੇ ਜਿਹੜੇ ਤੁਹਾਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਨੇ ਕਈਆਂ ਨੇ ਕੀਤਾ ਮੈਂ ਕਹਿੰਦੀ ਹਾਂ ਕਿ ਬਿਨਾਂ ਮਕਸਦ ਤੋਂ ਤੁਹਾਡਾ ਇਵੈਂਟ ਇਵੈਂਟ ਨਹੀਂ ਹੈ ਉਹਦੇ 'ਚ ਮਕਸਦ ਹੋਣਾ ਜ਼ਰੂਰੀ ਹੈ ਅਤੇ ਕਈ ਲੋਕ ਸਾਨੂੰ ਕਹਿੰਦੇ ਸੀ ਮੈਮ ਤੁਸੀਂ ਅਲੱਗ ਕਰ ਰਹੇ ਹੋ ਯੇ ਵੋ ਫਲਾਣਾ ਅਤੇ ਮੈਂ ਕਿਹਾ ਵੀ ਨਹੀਂ ਅਸੀਂ ਐਕਚੁਅਲੀ ਅਲੱਗ ਰੇਸ ਦੇ ਘੋੜੇ ਹਾਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਮੈਂ ਆਪਣੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਮੇਰੇ ਹਸਬੈਂਡ ਜੋ ਕਿ ਪੰਜਾਬੀ ਸਿੰਗਰ ਨੇ ਅਤੇ ਮੈਂ ਆਪ ਰਾਈਟਰ ਹਾਂ ਅਸੀਂ ਦੋਨੋਂ ਲਿਖਦੇ ਹਾਂ ਅਤੇ ਮੈਨੂੰ ਇਹ ਲੱਗਦਾ ਕਿ ਸਾਡੇ ਕੋਲ ਕਦੇ ਵੀ ਅਲਫਾਜ਼ਾਂ ਦੀ ਕਮੀ ਨਹੀਂ ਰਹੀ ਅਤੇ ਮੈਂ ਹਮੇਸ਼ਾ ਕੁਛ ਨਾ ਕੁਛ ਸਮਾਜ ਨੂੰ ਦੇਣ ਵਾਸਤੇ ਹੀ ਇੱਦਾਂ ਦੇ ਇਵੈਂਟ ਕਰਦੀ ਹਾਂ ਜਿਹਦੇ ਵਿੱਚ ਮੇਰੇ ਨਾਲ ਮੈਮ ਸ਼ਾਮਲ ਨੇ ਮਨਪ੍ਰੀਤ CID ਸਟਾਫ ਤੋਂ ਇਹਨਾਂ ਦਾ ਮੈਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਇਹਨਾਂ ਨੇ ਆ ਕੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਤੁਸੀਂ ਕਰੋ ਕਹਿੰਦੇ ਇੱਦਾਂ ਦੇ ਇਵੈਂਟ ਖਤਮ ਹੁੰਦੇ ਜਾ ਰਹੇ ਨੇ ਅਤੇ ਆਪਾਂ ਕੋਸ਼ਿਸ਼ ਕੀਤੀ ਹੈ ਇੱਕ ਛੋਟੀ ਜੀ ਮੇਰੇ ਸਾਰੀ ਟੀਮ ਵੱਲੋਂ ਔਰ ਮੇਰੀਆਂ ਜਿਹੜੀਆਂ ਭੈਣਾਂ ਮਹਿਮਾਨ ਆਏ ਨੇ ਇਹਨਾਂ ਵੱਲੋਂ ਅਤੇ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਪਸੰਦ ਆਈ ਹੋਏਗੀ ਬਹੁਤ ਵਧੀਆ ਲੱਗਿਆ ਅਤੇ ਇੱਕ ਤੁਸੀਂ ਗੱਲ ਕੀਤੀ ਹੈ ਕਿ ਮੈਂ ਕਾਫੀ ਸਮੇਂ ਤੋਂ ਲਗਾ ਰਿਹਾ ਨਾ ਅਤੇ ਉਸ ਸਮੇਂ ਤੋਂ ਲੈ ਕੇ ਅਤੇ ਹੁਣ ਸਮੇਂ ਦੇ ਵਿੱਚ ਕਿੰਨਾ ਕੁ ਅੰਤਰ ਦੇਖਦੇ ਹੋ ਕਿ ਤੀਆਂ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਦੇਖੋ ਸਮੇਂ ਦਾ ਬਹੁਤ ਅੰਤਰਾਲ ਆ ਚੁੱਕਾ ਜਿਹੜਾ ਪਹਿਲਾ ਸਮਾਂ ਸੀ ਉਹ ਬਹੁਤ ਵਧੀਆ ਸਮਾਂ ਸੀ ਉਸ ਦੇ ਵਿੱਚ ਹਰੇਕ ਭੈਣ ਭਰਾ ਇੱਕ ਦੂਜੇ ਨੂੰ ਪਿਆਰ ਕਰਦਾ ਸੀ ਇੱਕ ਦੂਜੇ ਦੀ ਗੱਲ ਮੰਨਦਾ ਸੀ ਹੁਣ ਜਿਹੜਾ ਸਮਾਂ ਹੈ ਨਾ ਇਹਦੇ ਵਿੱਚ ਸਿਰਫ ਇੱਕ ਜੈਲਸ ਦੀ ਭਾਵਨਾ ਨਜ਼ਰ ਆਉਂਦੀ ਹੈ ਚਾਰੇ ਪਾਸਿਓਂ ਤੁਹਾਨੂੰ ਤੁਹਾਡਾ ਫਰੈਂਡ ਸਰਕਲ ਤਾਂ ਬਹੁਤ ਅੱਛੇ ਤਰੀਕੇ ਨਾਲ ਸਪੋਰਟ ਕਰੇਗਾ ਪਰ ਕਈ ਐਸੇ ਤੱਤ ਨੇ ਸਮਾਜ ਦੇ ਵਿੱਚ ਜਿਹੜੇ ਤੁਹਾਨੂੰ
मतलब नीचे टंग नू खिंचदे ने ते मैनू लगदा चंगे प्रोग्रामां वास्ते हमेशा एप्रीशिएट करना चाहिए कि ना कि लत खिंचनी चाहिए। आपां तां समाज नू कुछ वधिया चीज़ दे रहे हैं। हुण साडियां बच्चियां ने देखो तुसीं मुटियारां आईयां होईयां ने है ना, ये अज दे समय दियां ने, ये साडे पुराने समय नू साडे विरसे तों पछाणनगियां, ये अज हिस्सा बनिया ने, चरखे ते बैठिया ने, इन्हां नू पछाण आऊगा कि चरखा की चीज़ है, चक्की की चीज़ है, ओखली की चीज़ है। जिस तरह हुण समां बदलता जा रहा है, हालांकि रुझेवें जिंदगी दे इन्ने हो चुके हैं कि असीं अपने तित त्यारां दे वास्ते हमें समा नहीं कढ़दे है ना, फिर भी तुसीं एक पहल कर रहे हो कि समा कढ़ के अपने बच्चों भी जागरूक कर रहे हो, अगे नौजवान पीढ़ी में जागरूक कर रहे हो, सो इस नूं कीवें देखदे हो? हाँ जी, इस दे विच तां मैनूं बहुत खुशी हुंदी है कि मैं अपने समय दे विचों, देखो मैनूं पूरा 1 मंथ हो गया तैयारियां करदे नूं, ते मैं अपने समय दे विचों समा कढ़ के ये इवेंट कीता। मेरे हसबैंड ने मेरा बहुत साथ दिंदे ने, मैनूं बहुत एप्रीशिएट करदे ने, क्योंकि तुहानूं साथ तों बिना तुसीं कोई इवेंट पूरा नहीं कर सकते है ना, सो उन्हां दा बड़ा वड्डा साथ है, तां ही मैं सारा इवेंट कर पा रही हूँ। और मैनूं खुशी है कि अज मैं सारियां मुटियारां नूं जदों हसदे नचदे वेहनी हां तां मैनूं ज़्यादा खुशी होती। जाते जाते मैसेज की देना चाह मैसेज मैं यही देना चाहवागी कि तुसी अज दे समय दे विच जदों भी तुसी कोई इवेंट करते हो तो उन्हों तुसी वैस्टर्न की बजाए अगर पंजाबी तरीके नाल करो तो ज़्यादा बैटर है। आपां मैसेज पंजाबी नूं संभालण का मैसेज नहीं देना, पंजाबी तो साडी मातृ भाषा है, असी अपने कल्चर नूं संभालण का देना है, क्योंकि स्नेहा कल्चर नूं संभालण वे कि जो चीज़ां असीं भुल चुके हैं। और तुसीं यकीन करो जदों आपां इन्हां चीज़ां नाल जुड़दे हाँ तां किते ना किते तुहाडी शख्सियत अंदर वो चीज़ां नज़र आउंदी। थैंक यू मैम, तुहाडे नाल बहुत वधिया लग्गा गल करके। साडे नाल होर भी महिलावां मौजूद ने, गल करदे हाँ। सति श्री अकाल। सति श्री अकाल। तीआं दा तिहार मना रहे, किवें लग रहा? ये एक्चुअली जस्सी मैम वालों करवाया, हर साल करवाया जाता है, जिसे असी मतलब हाउस वाइफ होंगे जिहड़ियां अपने लिए टाइम नहीं कढ़ पाउंदियां, अपने लिए टाइम नहीं कढ़ पाउंदियां। ये बहुत वधिया उन्होंने फंक्शन मतलब किया है भी जो लेडीज़ अपने आप लिए थोड़ा अपने लिए भी टाइम कढ़ पाउंदियां। तुसीं पहुंचे हो इस त्यौहार के विच तो किवें लग रहा? मैम बहुत वधिया लग रहा सानूं, क्योंकि इत्थे सानूं कई चीज़ां इहो जिहियां देखण नूं मिलियां ने जिहड़ियां आम नहीं मिलदियां हैगियां, जिवें कि चरखे, चंगेर, ये स्पीकर जिहड़े मंजियां ते लगे होए ने तां अज किते कल किते रह ही नहीं गए है ना, ये चीज़ां बहुत वधिया लग रहीयां ने सानूं। तुहानूं किवें लग रहा? बहुत वधिया, बहुत ज़्यादा वधिया, स्पीचलैस, कोई वर्ड ही नहीं हैगा कहने वास्ते। तुहानूं किवें लग रहा? तुसीं तां अपने समें दे विच देखिया होऊगा। बस पुराने समय इदा इतने सूँ एक वो जी असली ओरिजिनल जिम्मे पीघा पिपल है ना, खुली है जगह वो थोड़ी कुछ बहुत घट है कि सू उस कनेडा च पहुंचन करके बच्चों के जान करके बहरले देशों चले गए बच्चे साढ़े है ना, वो चीज़ इतने मैंने मिस हो रही है करी। सो शी कलैक्शन के वलों राजपुरा के तियां का त्यौहार मनाया जा रहा जिते वे पद्धर से महिलावान पहुंचिया ने, हालांकि इस दे विच सभ्याचार की झलक दिखने जरूर मिल रही है, जो साडे सभ्याचार दे विच चरखा हुंदा सीगा ते होर भी जिहड़ा सभ्याचार दे विच चीज़ां हुंदियां सीगियां उन्हां नूं दर्शाया जा रहा है। सो उम्मीद करते हैं कि तुहानूं इह फंक्शन चंगा लग्या होगा। धन्यवाद। न्यूज़ 89 पंजाब, हर खबर जिसदा होवे असर।